ਦੁਬਈ ਦਾ ਡੇਰਾ, ਦੁਬਈ ਦਾ ਪੂਰੀ ਮਾਰਕੀਟ ਹੈ ਡੇਰਾ ਦੁਬਈ, ਜਿੱਥੇ ਆ ਸਾਰਾ ਫੇਰੀ ਤੋਂ ਉਤਰ ਕੇ ਇੱਧਰਲੀ ਸਾਈਡ ਤੋਂ ਐਂਟਰ ਹੋ ਕੇ ਅਤੇ ਇੱਧਰ ਸਾਰੀਆਂ ਮਾਰਕੀਟਾਂ ਆ। ਤੁਸੀਂ ਕੁਛ ਵੀ ਕੱਪੜਾ ਮੌਲਾਂ ਨਾਲੋਂ ਇੱਥੇ ਸਸਤਾ ਆ, ਕਿਉਂਕਿ ਮੈਂ ਮੌਲ ਦੇ ਵਿੱਚ ਸਵੇਰੇ ਅਸੀਂ ਜਾ ਕੇ ਆਏ ਹਾਂ ਐਮੀਰੇਟ ਮੌਲ, ਐਮੀਰੇਟ ਮੌਲ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾ ਸਮਾਨ ਸੀ, ਅਤੇ ਜਿੱਦਾਂ ਆ ਵੀ ਮਿਡਲ ਕਲਾਸ ਬੰਦਾ ਜਿਹੜੇ ਬੰਦੇ ਨੇ ਆਪਣਾ 5-6 ਦਿਨ ਵਾਸਤੇ ਦੁਕਾਨ ਵਾਸਤੇ, ਅਤੇ ਉਹਦੇ ਵਾਸਤੇ ਬੈਸਟ ਆ। ਸਾਰੀ ਮਾਰਕੀਟ ਇੱਧਰ ਗਰਮੀ ਕੁਛ ਇੰਨੀ ਜ਼ਿਆਦਾ ਨਹੀਂ ਹੈ। ਗੋਲਡ ਆ ਗੋਲਡ ਮਾਰਕੀਟ ਆ ਗਈ ਆ, ਜੇ ਤੁਸੀਂ ਸੋਨਾ ਖਰੀਦਣਾ ਤਾਂ ਅੰਦਰ ਗੋਲਡ, ਸਾਰੀਆਂ ਜਿੰਨੀਆਂ ਵੀ ਸ਼ੋਪਾਂ ਆ ਗੋਲਡ ਦੀਆਂ ਹੀ ਆ, ਆ ਸਾਰਾ ਗੋਲਡ ਮਾਰਕੀਟ ਹੀ ਆ। ਆ ਸਾਰੀ ਵਿਚਲੀ ਸਾਈਡ ਜਿੰਨੀ ਵੀ ਆ ਗੋਲਡ ਮਾਰਕੀਟ ਆ। ਹੈਂ, ਚਲੋ ਆ ਜਾਓ, ਆ ਜਾਓ ਕ੍ਰਿਸ ਓਏ, ਆ ਜਾਓ। ਹੈਂ, ਉੱਪਰ ਵੀ ਗੋਲਡ ਕੀਤਾ ਪਿਆ ਆ, ਅਤੇ ਆ ਦੇਖੋ ਦੇਖੋ ਕਿੱਡਾ ਕਿੱਡਾ ਹਾਰ ਆ, ਇੰਡੀਆ 'ਚ ਇੱਦਾਂ ਲਾ ਆਇਆ ਹੋਵੇ ਤਾਂ ਇੰਡੀਆ 'ਚ ਜਿਹੜੇ ਸੋਨੇ ਦੀਆਂ ਦੁਕਾਨਾਂ ਆ 5-5 ਸ਼ਟਰ ਲਾ ਕੇ ਜਾਂਦੇ ਆ। ਆ ਦੇਖੋ ਬਾਹਰ ਬਾਹਰਲੀ ਸਾਈਡ ਲਾ ਆਇਆ, ਕੋਈ ਇਹਨੂੰ ਸ਼ਟਰ ਨਹੀਂ ਕੁਛ ਨਹੀਂ ਹੈਗਾ, ਸ਼ੀਸ਼ਾ ਆ ਸ਼ੀਸ਼ੇ ਦੇ ਵਿੱਚ ਆ। ਸਿਰਫ ਇਹ ਆ ਵੀ ਕਾਨੂੰਨ ਦਾ ਡਰ ਆ, ਇੱਥੇ ਪੁਲਿਸ ਦਾ ਡਰ ਆ, ਅਤੇ ਆ ਦੇਖੋ ਕੋਈ ਕੋਈ ਸ਼ਟਰ ਨਹੀਂ ਇਹਨੂੰ, ਆਓ ਦੇਖੋ ਨਾ ਸੁਣਿਆ ਕੋਈ ਸ਼ਟਰ ਨਹੀਂ ਹੈਗਾ ਇਹਨੂੰ। ਵਧੀਆ ਯਾਰ, ਉੱਤੇ ਛੱਤ ਆ, ਛੋਂ ਆ, ਧੁੱਪ ਘੁੰਮਣ ਨਾਲੋਂ ਵੀ ਛੋਵੇਂ ਛੋਵੇਂ। ਕ੍ਰਿਸ ਕਿੱਥੇ ਨੂੰ ਭੱਜ ਜਾਂਦਾ ਹੈ, ਏਂਜਲ ਕਿੱਥੇ ਆ? ਇਹ ਸਾਰੀ ਗੋਲਡ ਮਾਰਕੀਟ ਹੀ ਆ, ਜਿੰਨੀ ਵੀ ਹੈਗੀ ਹੈ ਸਭ ਗੋਲਡ ਮਾਰਕੀਟ ਆ। ਹੈਂ, ਸਟੈਂਡ ਤੋਂ 15 ਸਾਲ ਪਹਿਲਾਂ ਸੀ ਸੇਮ ਉਹੀ ਆ, ਬੱਸ ਸਟੈਂਡ ਨਹੀਂ ਚੇਂਜ ਹੋਇਆ, ਥੋੜ੍ਹਾ ਜਿਹਾ ਉੱਦਾਂ ਇਹਦੀ ਲੋਕੇਸ਼ਨ ਚੇਂਜ ਕਰਤੀ ਹੈ ਇਹਦੀ।
ਚਲੋ ਤੁਸੀਂ ਹੌਲੀ ਹੌਲੀ